ਜਦ ਵੀ ਕੋਈ ਫਿਲਮ ਆਉਂਦੀ ਹੈ ਨਾ, ਐਕਟਰਸ ਨੂੰ ਤਾਂ ਸਾਰੇ ਯਾਦ ਰੱਖਦੇ ਨੇ, ਡਾਇਰੈਕਟਰਸ ਨੂੰ ਵੀ ਯਾਦ ਰੱਖਦੇ ਨੇ, ਬਟ ਪ੍ਰੋਡਿਊਸਰਸ ਨੂੰ ਨਾ ਕੋਈ ਕੈਮਰਾ ਰੋਲ ਕੈਮਰਾ ਐਕਸ਼ਨ ਨਹੀਂ ਕਰਦਾ. ਅਤੇ ਅਸੀਂ ਗੱਲਬਾਤ ਕਰਾਉਂਦੇ ਹਾਂ ਜੇ ਫਿਲਮ ਆ ਰਹੀ ਹੈ ਨਾਡੂ ਖਾਂ 'ਤੇ, ਤਾਂ ਉਹਨਾਂ ਦੇ ਪ੍ਰੋਡਿਊਸਰਸ ਹੈਗੇ ਸਾਡੇ ਨਾਲ. ਵੈਲਕਮ ਟੂ ਦੇਸੀ ਚੈਨਲ. ਸਤਿ ਸ਼੍ਰੀ ਅਕਾਲ ਜੀ. ਦੇਸੀ ਚੈਨਲ ਦੇਖਣ ਵਾਲਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਜੀ. ਦੇਸੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜੀ ਸਵਾਗਤ ਕਰਦੇ ਹਾਂ, ਅਤੇ ਆਸ ਕਰਦੇ ਹਾਂ ਕਿ ਤੁਹਾਨੂੰ ਨਾਡੂ ਖਾਂ ਜੋ ਕਿ 26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਅੱਛੀ ਲੱਗੇਗੀ. ਪਹਿਲੀ ਗੱਲ ਤਾਂ ਨਾ ਮੁੱਛਾਂ ਜਿਹੜੀਆਂ ਹੈਗੀਆਂ ਨਾ, ਹਰੀਸ਼ ਵਰਮਾ ਦੀ ਪ੍ਰੈਸ ਕਾਨਫਰੰਸ ਨੂੰ ਨਾਡੂ ਖਾਂ ਦੀ ਨਹੀਂ ਲੱਗੀ, ਪਰ ਪ੍ਰੋਡਿਊਸਰ ਸਾਹਿਬ ਦੀ ਜ਼ਰੂਰ ਹੈਗੀ. ਦੇਖੋ ਜੀ, ਪਹਿਲਾ ਪ੍ਰੋਡਿਊਸਰ ਹੀ ਨਾਡੂ ਖਾਂ ਹੁੰਦਾ ਜਿਹੜਾ ਐਡਾ ਜਿਗਰਾ ਕਰਦਾ ਕਿ ਪ੍ਰੋਜੈਕਟ ਬਣਾਉਣ ਦਾ. ਐਕਚੁਅਲੀ ਹੋ ਕੀ ਰਿਹਾ ਕਿ ਪੰਜਾਬੀ ਸਿਨੇਮੇ 'ਚ ਨਾ ਛਨਕਾਟੇ ਵੱਜੀ ਜਾ ਰਹੇ ਬਹੁਤ ਚਿਰ ਤੋਂ, ਠੀਕ ਹੈ. ਆਡੀਅੰਸ ਪੱਕ ਚੁੱਕੀ ਹੈ ਇੱਕੋ ਤਰ੍ਹਾਂ ਦਾ ਸਿਨੇਮਾ ਦੇਖ ਦੇਖ ਕੇ, ਲਾਊਡ ਕਮੇਡੀ ਤੋਂ. ਮੈਂ ਮੇਰੇ ਕੋਲ ਬਹੁਤ ਸਾਰੇ ਡਾਇਰੈਕਟਰ ਆਏ ਪਹਿਲਾਂ, ਮੈਂ ਤਾਂ ਚਿੰਤਾ ਹੀ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ. ਅਸੀਂ ਇੱਕ ਵਾਰ ਇਹਨਾਂ ਨੂੰ ਕਿਹਾ ਕਿ ਅਸੀਂ ਉਹ ਚੀਜ਼ ਬਣਾਵਾਂਗੇ ਜੋ ਖੁਦ ਦੇਖਣ ਜਾਂਦੇ ਹਾਂ. ਸਾਨੂੰ ਕਹਾਣੀ ਬਹੁਤ ਪਸੰਦ ਲੱਗੀ. ਦੂਜੀ ਗੱਲ ਹੈ ਕਿ ਡੈਡੀਕੇਸ਼ਨ ਸੀ, ਸਾਰਾ ਕੁਝ ਹੀ ਪੋਜ਼ਿਟਿਵ ਸੀ, ਸਾਰੀ ਟੀਮ ਇੰਨੀ ਪੋਜ਼ਿਟਿਵ ਸੀ, ਪ੍ਰੋਡਿਊਸਰ ਡਾਇਰੈਕਟਰ ਕੋਆਰਡੀਨੇਸ਼ਨ ਬਹੁਤ ਜ਼ਬਰਦਸਤ ਸੀਗੀ. ਅਤੇ ਨਵੇਂ ਹੋਣ ਦੇ ਬਾਵਜੂਦ ਵੀ ਅਸੀਂ ਮਾਰਕੀਟ ਦੇ ਵਿੱਚ ਹਾਈਪ ਕ੍ਰੀਏਟ ਕਰ ਗਏ ਕਿਸੇ ਨਾ ਕਿਸੇ ਤਰੀਕੇ ਨਾਲ. ਟਾਈਟਲ ਬਹੁਤ ਕੈਚੀ ਸੀ, ਮੇਰਾ ਭਰਾ ਆ ਚਿੰਤ ਗੋਇਲ ਇਹਦਾ ਬਹੁਤ ਵੱਡਾ ਯੋਗਦਾਨ ਰਿਹਾ, ਅਤੇ ਸਾਰਾ ਕੁਝ ਹੀ ਆਟੋਮੈਟਿਕਲੀ ਹੁੰਦਾ ਗਿਆ. ਆਪਾਂ ਕੋਈ ਸਕ੍ਰਿਪਟ ਸੁਣਦੇ ਆ ਨਾ, ਉਹ 'ਚ ਕੋਈ ਨਾ ਕੋਈ ਖਾਸ ਚੀਜ਼ ਹੁੰਦੀ ਹੈ ਜਿਹੜੀ ਸਾਨੂੰ ਅਟਰੈਕਟ ਕਰਦੀ ਹੈ, ਐਂਡ ਬੀਂਗ ਅ ਪ੍ਰੋਡਿਊਸਰ ਤੁਹਾਡੇ ਲਈ ਵੀ ਇਹ ਬਹੁਤ ਮਤਲਬ ਕਹਿੰਦੇ ਨਾ ਮੇਨ ਗੱਲ ਹੋਏਗੀ. ਇਸ ਸਕ੍ਰਿਪਟ 'ਚ ਐਸਾ ਕੀ ਸੀਗਾ ਜਿਹੜਾ ਫਸਟ ਟਾਈਮ 'ਚ ਤੁਸੀਂ ਸੋਚਿਆ ਕਿ ਨਹੀਂ ਯਾਰ ਆਈ ਸ਼ੁੱਡ ਟਰਾਈ ਦਿਸ? BN ਭਾਅ ਜੀ ਨੇ ਦੱਸਿਆ ਨਾ ਕਿ ਅਸੀਂ ਫਲੈਟਾਂ ਤੱਕ ਸੀਮਤ ਹੋ ਗਏ ਹਾਂ. ਪਹਿਲਾਂ ਕੀ ਹੁੰਦਾ ਸੀ, ਵੱਡੇ ਵੱਡੇ ਘਰ ਹੁੰਦੇ ਸੀ. ਇਹ ਫਿਲਮ ਸੰਯੁਕਤ ਪਰਿਵਾਰ ਦੀ ਕਹਾਣੀ ਕਹਿੰਦੀ ਹੈ. ਪਿਓ ਦਾਦੇ ਤੋਂ ਲੈ ਕੇ ਪੋਤੇ ਤੱਕ ਉਹਨਾਂ ਦੇ ਗਾਂਹ ਪਰਿਵਾਰਾਂ ਤੱਕ ਦੀਆਂ ਕਹਾਣੀਆਂ ਨੇ, ਕਿੱਦਾਂ ਇਕੱਠਾ ਪਰਿਵਾਰ ਰਹਿੰਦਾ ਸੀ, ਕਿੱਦਾਂ ਉਹਨਾਂ ਦੇ ਵਿੱਚ ਹਾਸੇ ਮਜ਼ਾਕ ਸੀ, ਮਾਹੌਲ ਸੀ, ਸਿਚੁਏਸ਼ਨਲ ਕਮੇਡੀ ਕਿੱਦਾਂ ਹੁੰਦੀ ਸੀ, ਅਤੇ ਕਿਸ ਤਰੀਕੇ ਨਾਲ ਜਦੋਂ ਕੋਈ ਅਣਖ ਦੀ ਗੱਲ ਆ ਜਾਂਦੀ, ਭੀੜ ਪੈਂਦੀ, ਸਾਰਾ ਪਰਿਵਾਰ ਕਿੱਦਾਂ ਇਕੱਠਾ ਹੋ ਜਾਂਦਾ ਸੀ. ਮੈਂ ਇਹ ਕਹਿੰਦਾ ਕਿ ਇਹ ਜਦੋਂ ਵੀ ਇਹ ਮੁਢੀਰ ਦੀ ਫਿਲਮ ਨਹੀਂ ਹੈਗੀ, ਇਹ ਪਰਿਵਾਰਕ ਕਹਾਣੀ ਹੈ. ਇਹ ਮੇਰੀ ਆਡੀਅੰਸ ਜਿਹੜੀ ਉਹ 5 ਜੀ ਪਰਿਵਾਰ ਦੇ ਇਕੱਠੇ ਹੋਣਗੇ, ਤਾਂ ਉਹ ਇਕੱਠੇ ਹੀ ਜਾਣਗੇ. ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਸਭ ਨੂੰ ਫਿਲਮ ਪ੍ਰਭਾਵਿਤ ਕਰਨ ਵਾਲੀ ਹੈ. ਪੀਰੀਅਡ ਫਿਲਮਸ ਦਾ ਟ੍ਰੈਂਡ ਚੱਲ ਰਿਹਾ ਹੈਗਾ ਇੱਕ ਬਹੁਤ ਹੀ, ਜਿਹਨੇ ਕਹਿੰਦੇ ਨਾ ਕਿ ਅੱਜ ਬਹੁਤ ਫਲੇਵਰਸ ਨੇ ਫਿਲਮ ਦੇ ਵਿੱਚ, ਅਣਖ ਹੈ, ਕਾਮੇਡੀ ਹੈ, ਫੈਮਿਲੀ ਦਾ ਹੈ, ਸਾਰਾ ਮਿਕਸਚਰ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ, ਇਹ ਤੋਂ ਕਿੰਨੀ ਕੁ ਜ਼ਿਆਦਾ ਉਮੀਦਾਂ ਹੈਗੀਆਂ? ਬਿਕੋਜ਼ ਬੀਂਗ ਅ ਪ੍ਰੋਡਿਊਸਰ ਮੈਂ ਤੁਹਾਡੀ ਸਾਰੀ ਸਟੇਟਮੈਂਟ ਸੁਣੀਆਂ ਨੇ, ਯੂ ਆਰ ਵੈਰੀ ਕੋਨਫੀਡੈਂਟ, ਤੁਸੀਂ ਕੋਨਫੀਡੈਂਟ ਹੋ ਕਿ ਤੁਹਾਡਾ ਪ੍ਰੋਡਕਟ ਬਹੁਤ ਸਟਰੋਂਗ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ? ਜਿਵੇਂ ਕਿ ਤੁਸੀਂ ਗੱਲ ਕਹੀ ਕਿ ਵਿਰਸੇ ਦੇ ਪੁਰਾਣੇ ਪੀਰੀਅਡ ਮੂਵੀਜ਼ ਬਹੁਤ ਆ ਰਹੀਆਂ, ਪਰ ਜੇ ਮੈਂ ਤੁਹਾਨੂੰ ਦੱਸਾਂ ਉਹ 0.1 ਜਾਂ 2% ਆ ਰਹੀਆਂ. ਜੋ ਕਿ ਅੱਜ ਕੱਲ੍ਹ ਦੀਆਂ ਮੂਵੀਜ਼ ਆ ਰਹੀਆਂ, ਉਹ ਜੋ ਨਵਾਂ ਅੱਜ ਕੱਲ੍ਹ ਦਾ ਟ੍ਰੈਂਡ ਹੈ ਉਸ 'ਤੇ ਆ ਰਹੀਆਂ, ਜੋ ਕਿ ਇੱਕ ਵਿਰਸਾ ਫਿਲਮ. ਜੋ ਅਸੀਂ ਇਸ ਦਾ ਕਾਰਨ ਬਣਾਉਣ ਦਾ ਰੀਜ਼ਨ ਇਹੀ ਸੀਗਾ ਕਿ ਇੱਕ ਬੱਚਿਆਂ ਨੂੰ ਪਤਾ ਚੱਲੇ. ਪਹਿਲਾਂ ਜਿਵੇਂ ਕਿ ਅਸੀਂ ਇਸ ਮੂਵੀ ਦੇ ਵਿੱਚ ਇੱਕ ਵਿਆਹ ਦਾ ਸੀਨ ਹੈ ਨਾ, ਕਿ ਵਿਆਹ ਪਹਿਲਾਂ ਬਰਾਤਾਂ ਜਾਂਦੀਆਂ ਹੁੰਦੀਆਂ ਸੀ, ਹੈ ਨਾ, ਅਤੇ ਜਿਹੜੀ ਬਰਾਤ ਹੁੰਦੀ ਸੀ ਉਹਨੂੰ ਕਿਵੇਂ ਬੰਨਿਆ ਜਾਂਦਾ ਸੀ, 5-5 ਦਿਨ ਕੁੜੀ ਵਾਲਿਆਂ ਦੇ ਘਰ ਰਹਿੰਦੇ, ਹਾਸੀ ਮਜ਼ਾਕ ਚੱਲਦੇ, ਉਹ ਸਾਰੀਆਂ ਗੱਲਾਂ ਇਸ ਫਿਲਮ ਦੇ ਵਿੱਚ ਦਿਖਾਈਆਂ ਗਈਆਂ. ਗੱਲ ਕਰੀਏ ਨਾ ਕਿ ਜਿਹੜੀ ਕਾਸਟ ਹੁੰਦੀ ਹੈ ਨਾ, ਉਹ ਬਹੁਤ ਸੋਹਣੀ ਹੈਗੀ ਹੈ. ਮੋਰ ਓਵਰ ਕਾਸਟ ਨੇ ਨਾ ਤੁਹਾਡੇ ਪ੍ਰੋਡਿਊਸਰਸ ਦੀ ਤਾਰੀਫ ਬਹੁਤ ਕੀਤੀ ਹੈ ਕਿ ਬਹੁਤ ਇੱਕ ਵਧੀਆ ਐਟਮੋਸਫੇਅਰ ਸਾਨੂੰ ਸ਼ੂਟ ਟਾਈਮ ਮਿਲਿਆ ਹੈਗਾ. ਕਿ ਜਦੋਂ ਤੁਸੀਂ ਪਲੈਨਿੰਗ ਕੀਤੀ ਸੀ ਕਿ ਸਾਰੀ ਕੀ ਤਿਆਰੀਆਂ ਸੀਗੀਆਂ ਕਿ ਯਾਰ ਇਹ ਚੀਜ਼ ਨਾ ਕਿਤੇ ਕਮੀ ਨਹੀਂ ਰਹਿਣੀ ਚਾਹੀਦੀ, ਕਿ ਮੇਰੀ ਕਾਸਟ ਸੈਟਿਸਫਾਈਡ ਹੋਣੀ ਚਾਹੀਦੀ ਹੈ? ਐਕਚੁਅਲੀ ਕੀ ਹੈ ਕਿ ਪ੍ਰੋਡਿਊਸਰ ਦਾ ਨਾ ਧਰਮ ਹੁੰਦਾ ਪੈਸਾ ਬਚਾਉਣਾ, ਕਿ ਜਿੰਨਾ ਉਹਦੀ ਪਲੈਨਿੰਗ 'ਚ ਇਹ ਹੁੰਦਾ ਕਿ ਮੈਂ ਪੈਸੇ ਬਚਾ ਲਾਂ, ਅਤੇ ਕਿਤੇ ਨਾ ਫਿਰ ਇਹ ਚੀਜ਼ ਨਹੀਂ ਸਿਰਜਦੀ. ਮੈਂ ਜਦੋਂ ਸਟਾਰਟ ਕੀਤਾ ਸੀ, ਜਿਸ ਬੰਦੇ ਨੇ ਵੀ ਮੈਨੂੰ ਕਿਹਾ, ਉਹ ਕਹਿੰਦਾ ਕਿ ਯਾਰ ਇੱਕ ਨਾ ਪੋਜ਼ਿਟਿਵ ਵਾਈਵਜ਼ ਰੱਖਿਓ. ਉਹ ਪੋਜ਼ਿਟਿਵ ਵਾਈਵਜ਼ ਇਸ ਕਰਕੇ ਨਹੀਂ ਰਹਿੰਦੀ ਕਿ ਅਸੀਂ ਖੁੱਲ੍ਹੇ ਪੈਸੇ ਖਰਚੇ, ਇਸ ਕਰਕੇ ਰਹਿੰਦੀ ਅਸੀਂ ਜ਼ਮੀਨ 'ਤੇ ਉਤਰ ਕੇ ਕੰਮ ਕੀਤਾ. ਅਸੀਂ 5 ਦੇ 5 ਪ੍ਰੋਡਿਊਸਰਾਂ ਨੇ ਉੱਥੇ ਰੇਤਾ ਦੇ ਵਿੱਚ ਹੀ ਉੱਥੇ 28 ਦਿਨ ਅਸੀਂ ਨਾਲ ਰਹੇ ਰਾਜਸਥਾਨ 'ਚ. ਅਸੀਂ ਆਪ ਇਸ ਪ੍ਰੋਡਕਟ ਨੂੰ ਇਹ ਸਮਝ ਕੇ ਕੀਤਾ ਕਿ ਨਹੀਂ, ਅਸੀਂ ਨਾ ਇਹਦੇ ਵਿੱਚ ਸਪੋਟ ਬੋਆਏ ਵਾਂਗੂ ਕੰਮ ਕਰ ਰਹੇ ਹਾਂ, ਠੀਕ ਹੈ. ਅਤੇ ਹੁਣ ਜਦੋਂ ਅਸੀਂ ਆਪ ਕੰਮ ਕੀਤਾ, ਅਸੀਂ ਫੀਲਿੰਗ ਨਹੀਂ ਲਈ, ਅਤੇ ਸਾਡੇ ਨਾਲ ਕਿਸੇ ਨੇ ਵੀ ਨਹੀਂ ਲਈ, ਅਤੇ ਉਹ ਸਾਰਾ ਇੱਕ ਪਰਿਵਾਰਕ ਮਾਹੌਲ ਬਣ ਗਿਆ, ਤਾਣਾ ਬਣਾ ਹੋ ਗਿਆ. ਬਹੁਤ ਸਾਰੇ ਆਰਟਿਸਟ ਮੇਰੇ ਦੋਸਤ ਨੇ ਜਿਹੜੇ ਇਹ 'ਚ ਕੰਮ ਕਰ ਰਹੇ ਨੇ, ਅਤੇ ਕਾਸਟ ਵੱਡੀ ਛੋਟੀ ਤਾਂ ਮੈਨੂੰ ਲੱਗਿਆ ਹੀ ਨਹੀਂ ਕਿ ਕੋਈ ਵੱਡੀ ਛੋਟੀ ਵਾਲੀ ਗੱਲ ਆ. ਮੈਨੂੰ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਈ. ਅਸੀਂ ਬਿਲਕੁਲ ਧਰਾਤਲ 'ਤੇ ਉਤਰ ਕੇ, ਜ਼ਮੀਨ 'ਤੇ ਉਤਰ ਕੇ, ਦਿਲ ਨਾਲ ਇਹ ਪ੍ਰੋਜੈਕਟ ਬਣਾਇਆ. ਇਸੇ ਕਰਕੇ ਮੈਂ ਕੋਨਫੀਡੈਂਟ ਹਾਂ ਕਿ ਵੀ ਨਹੀਂ, ਮੇਰਾ ਪ੍ਰੋਡਕਟ ਠੀਕ ਬਣਿਆ, ਅਤੇ ਮੈਨੂੰ ਅਵੇਂਜਰ ਜਾਂ ਮੈਨੂੰ ਕਿਸੇ ਨਾਲ ਵੀ ਕੋਈ ਪ੍ਰੋਬਲਮ ਨਹੀਂ ਹੋਈ. ਐਕਚੁਅਲੀ ਜਦੋਂ ਨਾ ਤੁਸੀਂ ਕੋਈ ਕੰਮ ਪਹਿਲਾਂ ਕੀਤਾ ਹੁੰਦਾ, ਤੁਸੀਂ ਆਪਦਾ ਹੋਮਵਰਕ ਕੀਤਾ ਹੁੰਦਾ, ਤਾਂ ਤੁਹਾਡੇ ਲਈ ਉਹ ਈਜ਼ੀ ਹੋ ਜਾਂਦਾ. ਸੋ ਸਾਡੇ ਲਈ ਸਾਰਾ ਹੋਮਵਰਕ ਕੀਤਾ ਹੋਇਆ ਸੀ. 3 ਮਹੀਨੇ ਸਾਡੇ ਅੱਗੇ ਕੰਸੈਪਟ ਸੀ, ਸਾਰਾ ਸਟੋਰੀ ਸਾਡੇ ਅੱਗੇ ਸੀ, ਆਰਟਿਸਟ ਅਸੀਂ ਲੋਕ ਕਰ ਚੁੱਕੇ ਸੀ. ਸੋ ਸਾਨੂੰ ਕੋਈ ਡਿਫੀਕਲਟੀ ਨਹੀਂ ਆਈ ਡਿਊਰਿੰਗ ਮੂਵੀ ਜੀ. ਆਲ ਦਾ ਬੈਸਟ ਹੈ ਜੀ. 26 ਤਰੀਕ ਨੂੰ ਆ ਰਹੀ ਹੈ ਤੁਹਾਡੀ ਫਿਲਮ? 26 ਅਪ੍ਰੈਲ ਨੂੰ ਆ ਰਹੀ ਹੈ ਜੀ. ਵਿਸ਼ ਕਰਾਂਗੇ ਕਿ ਜਿਹੜੀ ਫਸਟ ਫਿਲਮ ਤੁਸੀਂ ਲੈ ਕੇ ਆ ਰਹੇ ਹੋ, ਇੱਦਾਂ ਆਉਣ ਵਾਲੇ ਸਮੇਂ 'ਚ ਤੁਸੀਂ ਹੋਰ ਫਿਲਮਸ ਲੈਂਦੇ ਰਹੋ, ਲੈ
ਮਾਰੀਏ ਜੀ ਨਾਡੂ ਖਾਂ 26 ਅਪ੍ਰੈਲ ਨੂੰ ਅਤੇ ਇਹਦੇ ਪ੍ਰੋਡਿਊਸਰਸ ਨਾਲ ਤੁਹਾਡੀ ਗੱਲਬਾਤ ਕਰਾਈ ਦਿੱਤੀ ਹੈ, ਜਲਦੀ ਹਾਜ਼ਰ ਹੋਵਾਂਗੇ ਨਵੀਆਂ ਅਪਡੇਟਸ ਦੇ ਨਾਲ। ਹੁਣ ਦੇਖਦੇ ਰਹੋ ਜੀ ਦੇਸੀ ਚੈਨਲ, ਗਾਇਨ ਮਾਜਰੋਂ ਦੇ ਇਜਾਜ਼ਤ।